ਦੋਨੋਂ ਸਰਕਾਰਾਂ ਟੁੱਟਣਗੀਆਂ, ਦੋਨੋਂ MLA ਆ ਜਿਹੜੇ ਦੋਨੋਂ ਜਗ੍ਹਾ ਦੇ MLA ਛੱਡ ਇਹਨਾਂ ਨੂੰ ਭੱਜ ਜਾਣਗੇ। ਬੀਜੇਪੀ ਚ ਸ਼ਾਮਲ ਹੋਣ ਤੋਂ ਬਾਅਦ ਰਵਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਅਤੇ ਦਿੱਲੀ ਦੀ ਸਰਕਾਰ ਟੁੱਟ ਜਾਵੇਗੀ। ਪੰਜਾਬ ਤੇ ਦਿੱਲੀ ਦੇ MLAs ਇਹਨਾਂ ਨੂੰ ਛੱਡ ਕੇ ਭੱਜ ਜਾਣਗੇ। ਸਾਡੇ ਨਾਲ ਇਹਨਾਂ ਨੇ ਕਈ ਵਿਧਾਇਕ ਗੱਲ ਕਰਦੇ ਨੇ, ਯਾਨੀ ਕਿ ਵੱਡੀ ਤੁਸੀਂ ਕਹਿ ਸਕਦੇ ਹੋ ਅਪਡੇਟ ਦੇ ਰਹੇ ਨੇ ਰਵਨੀਤ ਬਿੱਟੂ ਕਿ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕ ਵੀ BJP ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਰਵਨੀਤ ਬਿੱਟੂ ਨੇ ਇਸ਼ਾਰਾ ਕੀਤਾ ਹੈ, ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਕਈ ਵਿਧਾਇਕ ਗੱਲ ਕਰ ਰਹੇ ਨੇ ਹਾਲੇ ਵੀ, ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਖਾਸ ਚਿਹਰੇ ਸਾਹਮਣੇ ਆ ਸਕਦੇ ਨੇ ਜਿਹੜੇ ਕਿ BJP 'ਚ ਸ਼ਾਮਲ ਹੋ ਜਾਣਗੇ ਪਾਰਟੀਆਂ ਛੱਡ ਕੇ ਆਪੋ ਆਪਣੀਆਂ। ਤਾਂ ਜਿਹੜੀ ਦਲ ਬਦਲੀ ਹੈ ਉਹ ਲਗਾਤਾਰ ਚੱਲ ਰਹੀ ਹੈ। ਰਵਨੀਤ ਬਿੱਟੂ MP ਜੋ ਕਿ ਲੁਧਿਆਣਾ ਦੇ ਮੌਜੂਦਾ MP ਨੇ, ਸਿਟਿੰਗ MP ਨੇ, ਉਹਨਾਂ ਨੇ ਕਾਂਗਰਸ ਛੱਡ ਕੇ BJP ਦਾ ਪੱਲਾ ਫੜ ਲਿਆ, ਜਿਸ ਤੋਂ ਬਾਅਦ ਹੁਣ ਉਹਨਾਂ ਨੇ ਇਹ ਬਿਆਨ ਦਿੱਤਾ ਹੈ, ਵੱਡਾ ਬਿਆਨ ਦਿੱਤਾ ਹੈ ਨਾ। ਉਹਨਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਜੋ ਕਿ ਆਪ ਸੁਪਰੀਮੋ ਨੇ, ਉਹ ਜੇਲ੍ਹ 'ਚ ਬੰਦ ਨੇ, ਰਾਘਵ ਚੱਡਾ ਕਿਸੇ ਕੰਮ ਤੋਂ ਬਾਹਰ ਗਏ ਹੋਏ ਨੇ, ਤਾਂ ਹੁਣ ਇਹਨਾਂ ਦੇ MLA ਇੱਧਰ ਉੱਧਰ ਭੱਜਣਗੇ ਅਤੇ ਸਾਡੇ ਕੋਲ ਆਉਣਗੇ। ਤਾਂ ਇਹ ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਇਹਨਾਂ ਦੇ ਕਈ ਵਿਧਾਇਕਾਂ ਦੀ ਗੱਲ ਚੱਲ ਰਹੀ ਹੈ, ਤਾਂ ਵੱਡੇ ਨਾਮ ਸਾਹਮਣੇ ਆ ਸਕਦੇ ਨੇ ਆਉਣ ਵਾਲੇ ਦਿਨਾਂ 'ਚ। ਤਾਂ BJP 'ਚ ਸ਼ਾਮਲ ਹੋਣ ਤੋਂ ਬਾਅਦ ਰਵਨੀਤ ਬਿੱਟੂ ਦਾ ਵੱਡਾ ਬਿਆਨ ਹੈ, ਸੁਣੋ। ਤੁਹਾਨੂੰ ਦੱਸੀ ਜਾ ਰਿਹਾ ਜੋ ਹਾਲਾਤ ਨੇ, ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ, ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ MLA ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ, ਦੋਨੋਂ ਸਰਕਾਰਾਂ ਟੁੱਟਣਗੀਆਂ, ਦੋਨੋਂ MLA ਆ ਜਿਹੜੇ ਦੋਨੋਂ ਜਗ੍ਹਾ ਦੇ MLA ਛੱਡ ਇਹਨਾਂ ਨੂੰ ਭੱਜ ਜਾਣਗੇ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਠੱਗ ਨੇ ਜਿਹੜੇ ਸਭ ਤੋਂ ਵੱਡੇ। ਇਹ ਕੇਜਰੀਵਾਲ ਹੀ ਜਦੋਂ ਜੇਲ੍ਹ 'ਚ ਬੈਠਾ ਹੈ, ਰਾਘਵ ਚੱਡਾ ਹੀ ਜਦੋਂ ਭੱਜਿਆ, ਉਹਨਾਂ ਨੇ MLA ਨੇ ਰਹਿਣਾ ਕਿਵੇਂ ਆ? ਅਤੇ ਦੋਨੋਂ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਲੋਕ ਸਭਾ ਚੋਣਾਂ ਬਾਅਦ ਟੁੱਟਣਗੀਆਂ, MLA ਇਹਨਾਂ ਨੂੰ ਛੱਡ ਭੱਜਣਗੇ। ਬਹੁਤ MLA ਨੇ ਜਿਹੜੇ ਸਾਡੇ ਨਾਲ ਇਹ ਗੱਲਾਂ ਕਰਦੇ ਰਹਿੰਦੇ ਆ।